ਇਹਦੇ ਚੋਂ ਕਬੂਤਰ ਨਿਕਲੇ ਨੇ ਮੈਂ ਬਣਾਉਣ ਦਾ ਦਾਵਾ ਨਹੀਂ ਕਦੀ ਕੀਤਾ ਅੱਛਾ ਜੀ ਬਣਾਉਣਾ ਬਣਾਉਣ ਵਾਲੀ ਅੱਲਾ ਦੀ ਜ਼ਾਤ ਇਨਸਾਨ ਸਿਰ ਤੋਂ ਜੋੜਾ ਲਗਾਉਂਦਾ ਰੰਗ ਭਰਨਾ ਮਾਲਕ ਦਾ ਕੰਮ ਦਾ ਕੰਮ ਜੋ ਮਰਜ਼ੀ ਮਾਸ਼ਾ ਅੱਲਾ ਇਸ ਦੇ ਵਿੱਚ ਮੇਰੇ ਕੋਲ ਬੜੇ ਦੋ ਕਲਰ ਦੇਖੋ ਠੀਕ ਹੈ ਕਿਉਂਕਿ ਮੇਰੇ ਮਿਹਰਬਾਨ ਰਾਜ ਸ਼ਹੀਦ ਸਾਹਿਬ ਜੀ ਉਹਨਾਂ ਨੇ ਕਿਹਾ ਜੀ ਜਾਮਨੀ ਘਾਟੇ ਵਾਲੇ ਹੋਣੇ ਚਾਹੀਦੇ ਅੱਛਾ ਜੀ ਮੈਂ ਕਿਹਾ ਅੱਛਾ ਕੋਸ਼ਿਸ਼ ਕਰ ਲੈਂਦੇ ਉਹਨਾਂ ਨੇ ਜਾਮਨੀ ਘਾਟੇ ਵਾਲੇ ਦੇ ਦਿੱਤੇ ਵਾਹ ਜੀ ਬਿਲਕੁਲ ਠੀਕ ਹੋ ਗਏ ਔਰ ਜਿੰਨੇ ਕਬੂਤਰ ਮੇਰੇ ਕੋਲ ਮੌਜੂਦ ਨੇ ਨਾ ਇਹਨਾਂ ਦੇ ਪਿੱਛੇ ਰਾਏ ਸ਼ਹੀਦ ਸਾਹਿਬ ਦਾ ਹੱਥ ਸ਼ਾਮਲ ਜ਼ਬਰਦਸਤ ਇਸ ਤਰ੍ਹਾਂ ਕਿ 2003 'ਚ ਮੇਰੇ ਕਬੂਤਰ ਚੋਰੀ ਹੋ ਗਿਆ ਸੀ ਗੁਲਬਰਗ 'ਚੋਂ ਸਿਰਫ ਇੱਕ ਬੱਚਾ ਉਸ ਵੇਲੇ ਜਿਹੜਾ ਜੌਸਰਿਆਂ ਦਾ ਪਿਓਰ ਜਿਹੜਾ ਸੀ ਪਲਦਾ ਪਿਆ ਸੀ ਛੋਟਾ ਜਿਹਾ 2 ਜਾਂ 3 ਦਿਨ ਦਾ ਅੱਛਾ ਜੀ ਉਹ ਬੱਚਾ ਰਹਿ ਗਿਆ ਸੀ ਬਾਕੀ ਸਾਰੇ ਕਬੂਤਰ ਚਲੇ ਗਏ ਉਹ ਪੱਠੀ ਬਣੀ ਫਿਰ ਮੈਂ ਰਾਏ ਸਾਹਿਬ ਨੂੰ ਰਿਕੁਐਸਟ ਕੀਤੀ ਉਹਨਾਂ ਨੇ ਫਿਰ ਦਾ ਜਿਹੜਾ ਵੱਡਾ ਵਡੇਰਾ ਸੀਗਾ ਉਹ ਕਬੂਤਰ ਉਹਨਾਂ ਨੇ ਫਿਰ ਮੈਨੂੰ ਭੇਜਿਆ ਇਹਨਾਂ ਕਬੂਤਰਾਂ 'ਚੋਂ ਸੀ ਮੇਰੇ ਘਰੋਂ ਉਹਦਾ ਬਾਪ ਗਿਆ ਆਇਆ ਸੀ ਮਾਂ ਵੀ ਇੱਧਰੋਂ ਗਈ ਹੋਈ ਸੀ ਬਹਰਹਾਲ ਉਹਨਾਂ ਨੇ ਸ਼ਫਕਤ ਕੀਤੀ ਉਹਨਾਂ ਨੇ ਕਬੂਤਰ ਭੇਜਤਾ ਅਤੇ ਮੇਰਾ ਸਿਲਸਿਲਾ ਦੁਬਾਰਾ ਚਾਲੂ ਹੋ ਗਿਆ ਜ਼ਬਰਦਸਤ ਇਹਨਾਂ ਨੂੰ ਜਿੱਥੇ ਜ਼ਰਾ ਛੱਡ ਕੇ ਵੀ ਇਹਨਾਂ ਦੀ ਕੋਈ ਦਿਖਾਈਏ ਜੀ ਕੋਈ ਅਲੀ ਸਾਹਿਬ ਇਹਨਾਂ ਨੂੰ ਬੈਠਾ ਜ਼ਰਾ ਉੱਥੇ ਜਾਲ 'ਚ ਤਾਂ ਕਰੋ ਅੰਦਰ ਵਾਲੇ 'ਚ ਕਰੀਏ ਬਾਹਰ ਵਾਲੇ 'ਚ ਨਾ ਕਰੀਏ ਕੋਈ ਹੋਰ ਹੈ ਕਬੂਤਰ ਦਿਖਾਉਣ ਵਾਲੇ ਮੈਂ ਤੁਹਾਨੂੰ ਜਿਹੜੇ ਜਾਮਨ ਉਹ ਦਿਖਾਉਣੇ ਚਾਹ ਰਿਹਾ ਦਿਖਾਓ ਜਿਹੜੇ ਇਹਦੇ 'ਚ ਜੋ ਦੀ ਦੂਸਰੀ ਲਾਈਨ ਬਣੀ ਦਿਖਾਓ 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 ਮੈਂ ਹਾਂਜੀ ਨੀਮ ਸਾਹਿਬ ਮਜ਼ਾ ਆਇਆ ਜੀ ਸ਼ੌਕ ਦਾ ਜੀ ਮਾਸ਼ਾਅੱਲਾ ਦੋਸਤੋ ਇਹ ਬੜੇ ਡਿਫਰੈਂਟ ਕਬੂਤਰ ਨੇ ਮੈਂ ਮੀਆਂ ਸਾਹਿਬ ਦੇ ਨਾਲ ਅਰਸਾ 20 ਸਾਲ ਤੋਂ ਮੁਨਸਲਿਕ ਹਾਂ ਅਤੇ ਇਹੀ ਕਬੂਤਰ ਇਹਨਾਂ ਨੇ ਰੱਖੇ ਨੇ ਮੁਖਤਲਿਫ ਜਗ੍ਹਾ ਦੇ ਉੱਪਰ ਮੁਖਤਲਿਫ ਛੱਤਾਂ ਦੇ ਉੱਤਰ ਮੁਖਤਲਿਫ ਬੰਦਿਆਂ ਦੇ ਕੋਲ ਇਹਨਾਂ ਦੇ ਬਹੁਤ ਅੱਛੇ ਰਿਜ਼ਲਟ ਆਏ ਔਰ ਤਸੱਲੀ ਬਖਸ਼ ਰਿਜ਼ਲਟ ਆਏ ਮੈਂ ਤੁਹਾਨੂੰ ਸ਼ੌਕ ਕਰਵਾਉਣਾ ਇੱਕ ਹੋਰ ਜਿਹੜੇ ਕਹਿੰਦੇ ਨੀਲੇ ਗਾਟੇ ਮਾਸ਼ਾਅੱਲਾ ਜਿਹੜਾ ਆਖਰੀ ਕਬੂਤਰ ਦੇਖਿਆ ਜੀ ਉਹਦੇ 'ਚੋਂ ਇੱਕ ਇਹ ਕਲਰ ਅੱਛਾ ਜੀ ਨਿਕਲਿਆ ਔਰ ਇੱਕ ਉਹ ਕਲਰ ਨਿਕਲਿਆ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਉਹਦੇ ਨਾਲ ਇੱਕ ਇਹ ਆਪਣੀ ਲਾਈਨ ਚੱਲ ਗਈ ਉਹ ਆਪਣੀ ਲਾਈਨ ਚੱਲ ਗਈ ਠੀਕ ਦੂਰ ਕਰੋ ਸਰ ਜ਼ਰਾ ਇੱਥੇ ਕਰ ਲਓ ਸਰ ਬਹੁਤ ਜੀ ਮੀਆਂ ਸਾਹਿਬ ਮੈਂ ਅੱਗੇ ਇਸ ਦਾ ਪੱਠਾ ਠੀਕ ਓਕੇ ਨੀਮ ਸਰ ਚਲੋ ਜੀ ਇਹ ਅੱਗੇ ਉਹਦਾ ਪੱਠਾ ਦੂਰ ਕਰੋ ਸਰ ਜੀ ਮਾਸ਼ਾਅੱਲਾ ਆਓ ਸਰ ਆਈ ਜਾਓ ਇਹ ਜਾਮਨ ਇਹ ਇਸ ਦਾ ਪੁੱਤਰ ਅੱਛਾ ਚਲੋ ਜੀ ਦੇਖੋ ਦੋਸਤੋ ਤੁਸੀਂ ਤੁਹਾਨੂੰ ਇਨਸ਼ਾਅੱਲਾ ਤਾਲਾ ਮਜ਼ਾ ਆਏਗਾ ਹੁਣ ਕਬੂਤਰ ਦੇਖਣ ਦਾ ਇਹ ਅੱਗੇ ਜਾਮਨੀ ਬਣਾਏ ਮੀਆਂ ਸਾਹਿਬ ਨੇ
दूर करो इधर, मेरा फेवरेट कबूतर है। पहले कबूतर ने क्रीज की थी, दसवें पर आ रहे हैं इधर। देखो कैसी परां की तरतीब लगी। जी सर, वाह जी वाह जी, मजा ही आ गया। लो जी, एक निकलिया है भी मुख्तलिफ आ और बहुत क्वालिटी के उत्ते जड़ा ना बैक थ्रो हुई है। इन्हां दियां दुम्मां, इन्हां दे कलर देखो खूबसूरतियां। हाँ इंज करीब करी दा, देखिए मजा आया। हूँ आसान से समझ आने से। हाँ जी बिल्कुल, दूर करो सर। लो जी, वीर वीर पार चंगे। दोस्तों मजा आएगा इंशाल्लाह ताला तुहानू शौक करके, देखो कैसी तरतीब है पुरानी। जिंदाबाद मियां साहब। हुण अगो इस नाल अहमदी देनी है, फिलहाल इहदी जिहड़ा रंगीनी आई इहदा अख चो कढ़न दी कोशिश कर रहे हैं। अच्छा जी, लो जी हुण अहमदी लगनी है इहदे नाल। नेम साहब तो ट्रेन हो गए जी। मियां साहब को खजाना भरिया पाया इन्होंने कबूतर, दूर करो जी। और पर बादशाह मादियां ने माशाल्लाह। इन्नी परेल है जो साल करीब करो जी। जी मियां साहब, बहुत सही आ रहा जी। एक जरा और। अच्छा जी, यह नहर यदि ब्रीड भाई खालसा साहब तो मैं आई तो कोई 30 साल पहले गुजरे गया सी, जिस घर चक्का सी सन उस घर। उन्हों का अगे एक शागिर्द सी फैसलाबाद, वो को एक मादी रही सी बतक, ओदी ब्रीड का बड़े ही शानदार बड़े। हुण इस साल भी इहदा बच्चा जिहड़ा है 7:40 तक नईम साहब के घर इहदे पड़पोते का बैठा, और इत्थे तुहानू जी अली भाई जी बिल्कुल जी। जी हम बड़ियां गेमां चलन लग पईआं। मैं मोबाइल तो उठा रहा। हाँ
दूर करो जी थोड़ा जा। जी जी मैं कह देना जी असल च मैं ना जी उन्होंने किया जी सर मेरे जेहन च नहीं उन्होंने दस रहा देख दे होने देख लैन गए चल वाह जी वाह सुभान अल्लाह ਮਾਦੀ ਭਾਈ ਲਿਆਂਦੀ ਹੈ ਬਾਹਰ ਇਹਦੇ ਭਾਈ ਦਾ ਬੱਚਾ ਸੀ ਜੀ ਉਹ ਸਾਹ ਜੀ ਬੜੀ ਰੇਸ਼ਮ ਆ ਜਿਸਮ ਦੇ ਵਿੱਚ 740 ਤੇ ਬੈਠਾ ਸੀ ਬੜੀ ਰੇਸ਼ਮ ਆ ਰਹੀ ਮਾਸ਼ਾਅੱਲਾ ਜਿਸਮ ਦੇ ਵਿੱਚ ਔਰ ਬੜੀ ਕਲਿੱਕ ਕਰੋ ਜੀ ਮੀਆਂ ਸਾਹਿਬ ਤੁਹਾਨੂੰ ਸਲਾਮ ਕਹਿ ਰਹੇ ਹੁਣ ਇਹ ਨਹੀਂ ਪਤਾ ਕੌਣ ਕਹਿ ਰਹੇ ਜ਼ੈਨ ਸਾਹਿਬ ਹੀ ਦੱਸਣਗੇ ਜਿਹੜੇ ਮੁਹਤਰਮ ਵੀ ਕਹਿ ਰਹੇ ਵਾਲੇਕੁਮ ਅਸਲਾਮ ਅੱਲਾਹ ਤਾਲਾ ਉਹਨਾਂ ਨੂੰ ਜਜ਼ਾ ਖੈਰ ਦੇ ਮੁਨੀਰ ਸ਼ਾਹ ਸਾਹਿਬ ਵੀ ਦੇਖ ਰਹੇ ਜੀ ਲਾਹੌਰ ਤੋਂ ਮਾਸ਼ਾਅੱਲਾ ਦੂਰ ਕਰੋ